ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੋਸਤੋ ਖੜੇ ਹਾਂ ਪਿੰਡ ਪੰਜਵਾੜ। ਪੰਜਵਾੜ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਦਾ ਪਿੰਡ। ਤਰਨ ਤਾਰਨ ਸਾਹਿਬ ਤੋਂ ਕੋਈ 14-15 ਕਿਲੋਮੀਟਰ ਦੀ ਦੂਰੀ ਆ ਪਿੰਡ ਪੰਜਵਾੜ ਦੀ, ਅਤੇ ਝਬਾਲ ਤਕਰੀਬਨ ਦੋਸਤੋ ਕੋਈ 3-4 ਕਿਲੋਮੀਟਰ ਦੀ ਦੂਰੀ ਹੈਗੀ। ਬਿਲਕੁਲ ਨੇੜੇ ਝਬਾਲ ਆ, ਗੱਗੋ ਬੋਹੇ ਦੀ ਦੂਰੀ ਥੋੜ੍ਹੀ ਆ, ਮਾਲੂਵਾਲ ਪਿੰਡ ਇੱਕ ਪਾਸੇ ਦੋਸਤੋ, ਕੰਬੋ ਪਿੰਡ ਥੋੜ੍ਹੀ ਦੂਰੀ 'ਤੇ ਆ। ਪੰਜਵਾੜ ਤੋਂ ਦੋਸਤੋ ਜਿਹੜੀ ਸੜਕ ਪਿੰਡ ਭੋਜੀਆਂ ਨੂੰ ਜਾਂਦੀ, ਇਸੇ ਸੜਕ ਦੇ ਉੱਪਰ ਵੀਰ ਭਿੰਦੇ ਹੋਣਾ ਦਾ ਘਰ ਆ ਦੋਸਤੋ। ਪਹਿਲਾਂ ਕਾਫੀ ਵੀਡੀਓ ਪਾਈਆਂ ਨੇ ਆਪਾਂ ਇਸ ਘਰੋਂ, ਪਸ਼ੂ ਜਿਹੜੇ ਦੋਸਤੋ ਕੋਈ 5-4 ਨਗ ਜਿਹੜੇ ਆ ਰੂਟੀਨ ਦੇ ਵਿੱਚ ਵੀਰ ਲੈ ਕੇ ਆਉਂਦਾ। ਅੱਜ ਤੋਂ ਕੋਈ 2-3 ਦਿਨ ਪਹਿਲਾਂ ਵੀ ਇੱਕ ਪੋਸਟ ਪਾਈ ਸੀ ਆਪਾਂ, ਉਹਦੇ ਵਿੱਚ ਵੀ ਤੁਹਾਨੂੰ ਕੋਈ 4 ਕੁ ਨਗ ਦਿਖਾਏ ਸੀ, 4 ਤੋਂ 5 ਨਗ ਦਿਖਾਏ ਸੀਗੇ, ਅਤੇ ਜ਼ਿਆਦਾਤਰ ਵਹਿੜਾਂ ਆਉਂਦੀਆਂ ਨੇ। ਅੱਜ ਵੀ ਤਕਰੀਬਨ 4 ਵਹਿੜਾਂ ਤੁਹਾਨੂੰ ਦਿਖਾਉਣੀਆਂ ਆਪਾਂ ਦੋਸਤੋ ਇਸ ਘਰੋਂ। 3 ਵਹਿੜਾਂ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਨੇ, ਨਾਲ ਬੱਚੇ ਨੇ। ਇੱਕ ਵੱਛੀ ਦਿਖਾਵਾਂਗੇ, ਪਹਿਲਾ ਸੂਆ ਵੱਛੀ ਨੇ ਸੂਣਾ, ਕਾਫੀ ਖੂਬਸੂਰਤ ਆ ਦੋਸਤੋ, ਚੰਗੀ ਆ, ਪਸੰਦ ਆਊਗੀ। ਬਾਕੀ ਜਿਹੜਾ ਵੀ ਕੋਈ ਐਨੀਮਲ, ਜਿਹੜਾ ਵੀ ਕੋਈ ਖਰੀਦਦਾਰ ਵੀਰ, ਜਿਹੜੇ ਪਸ਼ੂ ਤਿਆਰ ਆ, ਠੀਕ ਆ ਜੀ, ਉਹਦੀ ਨਰਕ ਪਰਖਾ ਤਸੱਲੀ ਆ, ਉਹ ਤੁਸੀਂ ਕਰਨੀ ਆ ਘਰ ਆਣ ਕੇ, ਠੀਕ ਆ ਜੀ। ਜਿਹੜਾ ਪਸ਼ੂ ਸੋਇਆ ਸਵਾਇਆ 2 ਟਾਈਮ ਚੋਗੇ, ਤਸੱਲੀ ਕਰ ਲਓ। ਗੱਭਣ ਪਸ਼ੂ ਆਪਣਾ 4 ਥਣਾਂ ਦਾ ਤਿੱਪ ਕੇ ਭਰਾ ਕੇ ਜ਼ਰੂਰ ਤਸੱਲੀ ਕੀਤੀ ਜਾਵੇ, ਅਤੇ ਖਾਸ ਵਿਜਿਟ ਤੁਸੀਂ ਪਿੰਡ ਪੰਜਵਾੜ ਕਰਨੀ ਹੈ, ਠੀਕ ਆ ਜੀ। ਭਿੱਖੀ ਪਿੰਡ ਤੋਂ ਵੀ ਕੋਈ 16-17 ਕਿਲੋਮੀਟਰ ਦੀ ਦੂਰੀ ਆ। ਅੱਜ ਤਰੀਕ ਦੋਸਤੋ 13 ਅਪ੍ਰੈਲ, ਸਮਾਂ ਕੋਈ ਸ਼ਾਮ ਦੇ 5 ਵਜੇ ਦਾ। ਆਓ ਲੈਂਦੇ ਹਾਂ ਡਿਟੇਲ, ਬਥੇਰੇ ਕਰਦੇ ਹਾਂ ਗੱਲਬਾਤ ਵੀਰ ਭਿੰਦੇ ਦੇ ਨਾਲ। ਸਭ ਤੋਂ ਪਹਿਲਾਂ ਵੀਰ ਭਿੰਦੇ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ, ਹੋਰ ਸਭ ਠੀਕ ਠਾਕ ਜੋ? ਬਹੁਤ ਵਧੀਆ ਭਿੰਦੇ ਵੀਰ, ਹੋਰ ਠੀਕ ਠਾਕ ਜੀ? ਹਾਂ, ਵਧੀਆ ਭਾਜੀ, ਵਧੀਆ ਠੀਕ ਠਾਕ ਜੀ, ਠੀਕ ਠਾਕ ਠੀਕ ਠਾਕ ਵੀਰ ਭਿੰਦੇ। ਅੱਛਾ ਭਿੰਦੇ, ਉਹਦੇ ਮਾਲ ਆਪਣਾ ਵਿਕ ਗਿਆ ਸੀ ਸਾਰਾ ਜੀ? ਉਦਣ ਹੀ ਵਿਕ ਗਿਆ ਭਾਜੀ, ਠੀਕ ਹੈ, ਅਗਲੇ ਦਿਨ ਸਾਰਾ ਹੋ ਗਿਆ ਸੇਲ। ਠੀਕ ਹੈ, ਹਾਂਜੀ। ਅੱਜ ਆਪਣੇ ਕੋਲ ਫਿਰ ਜਿਹੜੇ 4 ਨਾਗ ਆ ਗਏ ਆ ਜੀ। ਹਾਂਜੀ ਹਾਂਜੀ, 3 ਸੂਏ ਆ ਤੇ 1 ਵੱਛੀ ਗੱਭਣ ਆ। ਠੀਕ ਹੈ ਜੀ, ਹਾਂਜੀ। ਜਿਹੜੇ ਐਨੀਮਲ ਭਿੰਦੇ ਭਾਈ ਸੂਏ ਸਵਾਏ ਆ, ਕਿੰਨੇ ਕਿੰਨੇ ਦਿਨਾਂ ਦੇ ਵਿੱਚ ਨੇ ਵੈਸੇ ਆ? ਇੱਕ ਆਹ ਤੇ ਵੈੜ ਕੱਲ ਸ਼ਾਮੀ ਸੂਈ ਜੋ, ਓਕੇ, ਇਹਨੂੰ 8-8 ਕੁ ਦਿਨ ਹੋ ਗਏ, ਹਫਤਾ ਹੋ ਗਿਆ। ਠੀਕ ਹੈ ਜੀ, ਉਹਨੂੰ 4-5 ਦਿਨ ਹੋ ਗਏ, ਤੇ 3 ਨੰਬਰ ਵਾਲੀ ਨੂੰ। ਠੀਕ ਹੈ ਜੀ, ਹਾਂਜੀ, ਮਤਲਬ ਕਿ ਹਫਤੇ ਦੇ ਅੰਦਰ ਵਾਰੀ ਅੰਦਰ ਹੀ ਅੰਦਰ ਹੀ, ਹਫਤੇ ਦੇ ਅੰਦਰ ਹੀ ਆ। ਲਓ ਦੋਸਤੋ, ਇੱਕ ਲਾਸਟ ਵਿੱਚ ਤੁਹਾਨੂੰ ਜਿਹੜਾ ਨਗ ਦਿਖਾਵਾਂਗੇ, ਉਹ ਤੁਹਾਨੂੰ ਬਹੁਤ ਖੂਬਸੂਰਤ ਵੱਛੀ, ਉਹ ਵੀ ਦਿਖਾਵਾਂਗੇ, ਪਹਿਲਣ ਵੱਛੀ ਆ। ਬਾਕੀ ਡਿਟੇਲ ਆਪਾਂ ਇੱਕ ਪਾਸੇ ਸ਼ੁਰੂਆਤ ਕਰ ਲੈਂਦੇ ਆ ਇਸ ਸੂਏ ਸੂਏ ਨਗ ਤੋਂ। ਪਿੰਦੇ ਵੀਰ, ਇੱਥੋਂ ਸ਼ੁਰੂਆਤ ਕਰ ਲਈਏ, ਸਵਾਲ ਤੋਂ ਪੂਰੀ ਡਿਟੇਲ ਦੇ ਦਈਏ, ਇਹਦਾ ਸੂਆ ਦੱਸ ਦਈਏ। ਇਹਦਾ ਸੂਆ ਭਾਜੀ, ਜਿੰਨਾ ਤਾਂ ਆਪਾਂ ਲਈ ਉਹ ਤਾਂ ਕਹਿੰਦੇ ਸੀ ਵੀ ਭਾਈ ਦੂਜਾ ਵਾ, ਜਿਹੜੇ ਵੀਰ ਭਰਾ ਨੇ ਲੈਣੀ, ਭਲਾ ਆਪਣੀ ਨਰਕ ਪਰ ਕਰ ਲੈ, ਤੀਜਾ ਮਿਲ ਲੈ ਦੂਜਾ ਮਿਲ ਲੈ। ਇਹ ਕੱਲ ਸ਼ਾਮੀ ਸੂਈ ਜੋ, ਕੱਲ ਸ਼ਾਮੀ, ਹਾਂਜੀ, ਠੀਕ ਹੈ ਜੀ, ਤੇ ਇਹਦੇ ਥੱਲੇ 14-15 ਕਿਲੋ ਆਈਟਮ ਦੇ ਬੋਲਾ ਹੀ ਆ। ਬੋਲਾ ਹੈਗਾ, ਹਾਂਜੀ, ਕੱਲ ਸ਼ਾਮੀ ਸੂਈ, ਅਰੇ ਸਾਫ ਨਹੀਂ ਕੀਤੀ ਆਪਾਂ, ਮਗਰ ਵੱਛੀ ਇਹਦੇ, ਮਗਰ ਵੱਛੀ ਜੀ ਇਹਦੇ। ਲਓ ਜੀ, ਮਗਰ ਵੱਛੀ ਹੈ ਦੋਸਤੋ, ਦੂਜਾ ਸੂਆ ਚਾਹੇ ਕੋਈ ਤੀਜਾ ਮੰਨ ਕੇ ਤੁਸੀਂ ਸੌਦਾ ਕਰ ਲਿਓ, ਠੀਕ ਆ ਜੀ। ਆਹ ਮਗਰ ਬੱਚਾ ਬੱਚੀ ਤੁਹਾਨੂੰ ਦਿਖਾ ਦਿੰਨੇ, ਆ ਲਓ ਜੀ, ਇਹ ਕੱਲ ਹੀ ਸੂਈ ਹੈ ਜੀ। ਹਾਂਜੀ, ਕੱਲ ਸ਼ਾਮੀ ਸੂਈ ਹੈ ਜੀ। ਠੀਕ ਹੈ ਜੀ, ਕੱਲ ਸ਼ਾਮੀ ਦੋਸਤੋ ਸੂਈ ਹੈ, ਭਲਾਂ ਭੁਲਾ ਨੋਰਮਲ, ਜਿਹੜੀਆਂ ਭਲਾਂ ਭੁਲਾ ਤੁਹਾਨੂੰ ਦੇਵੇ ਹਵਾਨੇ ਤੇ ਵੇਖਣ ਦੇ ਵਿੱਚ ਮਿਲ ਜਾਣਗੀਆਂ, ਠੀਕ ਹੈ ਜੀ। ਤੇ ਹਾਈਟ ਕੱਦ ਵੱਡੀ ਹੈ, ਠੀਕ ਹੈ ਜੀ, ਵੱਡੇ ਕੱਦ ਕਾਟ ਦੇ ਵਿੱਚ ਆ, ਵੇਲ ਵੂਲ ਸਪੈਸ਼ਲ, ਲੰਬੀ ਵੀ ਪੂਰੀ ਆ, ਕੱਦ ਵੀ ਉੱਚਾ, ਵੱਡੀਆਂ ਵਹਿੜਾਂ ਦੇ ਵਿੱਚ ਆਪਾਂ ਇਸ ਵਹਿੜ ਨੂੰ ਗਿਣ ਸਕਦੇ ਹਾਂ, ਠੀਕ ਹੈ ਜੀ, ਆਹ ਦੇਖੋ। ਬਾਕੀ ਜਿੰਨਾ ਵੀਰਾਂ ਭਰਾਵਾਂ ਤੋਂ ਲਈ, ਉਹ ਤੇ ਕਹਿੰਦੇ 28-30 ਕਿਲੋ ਦਿੰਦੀ ਰਹੀ ਹੈ। ਅੱਛਾ ਜੀ, ਬਾਕੀ ਚਲੋ ਦੁੱਧ 24-25 ਕਿਲੋ ਦਈ ਹੈ, ਬਲ ਵੱਡੀ ਵੈੜ ਦੇਣਾ ਚਾਹੀਦਾ ਇਹਨੂੰ ਪਰ। ਬਿਲਕੁਲ ਜੀ, ਬਿਲਕੁਲ, ਹਾਂਜੀ, ਲਓ ਜੀ, ਬਾਕੀ ਚੋਣ ਚਾਣ ਚੰਗੀ ਆ, ਹੈ ਬਹੁਤ ਵਧੀਆ ਨਿਕਲੀ ਚੋਣ ਚਾਣ। ਠੀਕ ਆ, 15-16, 15-16, 15-14 ਇੱਥੇ ਕੁ ਬੋਲਾ। ਹਾਂ ਹਾਂ, ਇੱਥੇ ਹੈਗਾ, 2 ਡੰਗ ਆਪਾਂ ਚਵਾਈ ਕਰ ਲਈ ਆ। ਹਾਂ, 2 ਡੰਗ ਕਰ ਲਈ, ਕੱਲ ਇੱਕ ਸ਼ਾਮੀ ਹੋਈ, ਹਾਂਜੀ, ਤੇ ਇੱਕ ਸਵੇਰੇ ਤੜਕੇ ਆਪਾਂ ਕੀਤੀ, 2 ਚਵਾਈਆਂ ਹੋ ਗਈਆਂ ਜੀ। ਠੀਕ ਹੈ ਜੀ, ਠੀਕ, ਹਾਂਜੀ, ਲੈਵੇ ਧਾਰ ਧੂਰ ਬਿਲਕੁਲ ਮੋਟੀ। ਮੈਂ ਕਹਿੰਦਾ ਭਾਜੀ ਕੋਈ ਗੱਲ ਹੀ ਨਹੀਂ ਆ, ਤੇ ਆਪਣੀ ਗਾਰੰਟੀ ਹੋਊਗੀ, ਹੋਰ ਛੱਟੇ ਦੀ ਥਾਣ ਦੀ ਗਾਰੰਟੀ ਹੋ, ਭਾਰ ਦੀ ਕੋਈ ਗੱਲ ਹੀ ਨਹੀਂ ਆ। ਤੇ ਲਓ ਦੋਸਤੋ, ਬਾਕੀ ਫੇਸ ਕੁਆਲਿਟੀ ਤੋਂ ਤੁਹਾਨੂੰ ਦਿਖਾਉਣ ਲੱਗੇ ਆ, ਠੀਕ ਆ ਜੀ, ਬਿਲਕੁਲ ਗੋਰੇ ਰੰਗ ਦੇ ਵਿੱਚ ਆ, ਕੱਟ ਜਾ ਵੇਖੋ, ਬਿਲਕੁਲ ਟੇਢੇ ਕੱਟ ਜੇ ਬਣੀ ਹੈ, ਠੀਕ ਆ ਜੀ, ਤੇ ਬਾਕੀ ਰੰਗ ਪ੍ਰਿੰਟ ਬਹੁਤ ਸੋਹਣਾ, ਛੋਟੇ ਕੰਨ,
ਤੇ ਬੋਧੀ ਵਾਲੀ ਵੈੜ ਆ ਕੱਦ ਵੱਡਾ, ਠੀਕ ਆ ਜੀ। ਬਾਕੀ ਸੂਸਵਾ ਦੇ ਵਿੱਚ ਆ ਨੋਰਮਲੀ ਸਾਰੇ ਵੀਰ, ਉਸ ਅਕੋਰਡਿੰਗ ਤੁਸੀਂ ਜੱਜਮੈਂਟ ਕਰ ਲਿਓ, ਹੈ ਵੱਡੇ ਕੱਦ ਦੇ ਵਿੱਚ ਆ। ਦੂਰੋਂ ਨੇੜਿਓਂ ਕਿਸੇ ਵੀਰ ਨੇ ਤੁਰਨਾ, ਇੱਕ ਤੁਸੀਂ ਆਈਡੀਆ ਰੱਖ ਕੇ ਆਇਓ ਵੀ ਵੱਡੀ ਵੈੜ ਆ, ਕੋਈ ਛੋਟੀ ਨੀਗੀ, ਠੀਕ ਆ। ਲੈ ਵੀਰ ਪਿੰਦੇ ਮੋੜ ਦਿਓ ਵੀਰ, ਸੋ ਮਾਲ ਦੋਸਤੋ ਆਉਂਦਾ ਆ, ਪਰ ਸਪੈਸ਼ਲ ਜੇ ਪਸ਼ੂ ਹੁੰਦੇ ਆ ਚੰਗੇ ਹੁੰਦੇ ਆ, ਠੀਕ ਆ ਜੀ। ਕੋਈ ਬਾਹਲਾ ਛੋਟਾ ਨਿੱਕਾ ਪਸ਼ੂ ਵੀ ਨਹੀਂ ਵੀਰ ਲੈਂਦਾ ਗਾ, ਚੰਗੇ ਪਸ਼ੂ ਲੈਂਦਾ ਵੀ ਜਿਹਦੇ 'ਚ ਦੋਸਤੋ ਅੱਗੇ ਵੀ ਕਿਸੇ ਵੀਰ ਦਾ ਵਾਧਾ ਹੋਵੇ। ਕੋਈ 18-20 ਲੀਟਰ ਵਾਲੀਆਂ ਨੋਰਮਲ ਜਿਹੜੀਆਂ ਦੋਸਤੋ ਸਟਾਰਟਿੰਗ ਵਾਲੀਆਂ ਵੈੜਾਂ ਹੁੰਦੀਆਂ ਨੇ। ਤੇ ਪਿੰਦੇ ਇਹਦਾ ਮੁੱਲ ਕੀ ਕਰਦਾ ਵੀਰ ਫਿਰ? ਮੁੱਲ ਤੇ ਵੀ ਜੇ ਆਪਾਂ ਕਰਨਾ ਜਾਇਜ਼, ਭਲੇ ਇਹੋ ਜਿਹੇ ਵੈੜ ਦਾ ਲੋਕੀ 80-80 85-85 ਮੰਗੀ ਜਾਂਦੇ। ਮੁੱਲ ਕਰਨਾ ਆਪਾਂ ਦੇਣ ਲੈਣਾ, ਮੁੱਲ ਕਰਨਾ ਇਹਦਾ 75,000। ਹਾਂਜੀ, ਛੋਟ ਛੱਪਾ ਕਰਕੇ 72,000 ਦੀ ਵੈੜ ਦੇਵਾਂਗੇ। 72,000 ਦੀ? ਹਾਂਜੀ, ਠੀਕ ਹੈ ਜੀ। ਹਾਂਜੀ, ਪੂਰੀਆਂ ਕਸਰਾਂ ਕੁਸਰਾਂ ਕੱਢ ਕੇ, ਕਸਰਾਂ ਕੁਸਰਾਂ ਕੱਢ ਕੇ ਜਿਹਨੇ ਦੂਰ ਨੇੜੇ ਆਉਣਾ ਵੀਰ ਨੇ ਹੋਰ ਕੱਢਦਾ ਹੈ ਕਸਰਾਂ, ਠੀਕ ਹੈ। ਪਰ ਇੰਨੇ ਰੇਟ ਵਾਲੀ ਕਿਤੇ ਮਿਲਣੀ ਨਹੀਂ, ਪਰ ਥਣ ਭਾਂਡਾ ਬੜਾ ਵੈੜ ਦਾ। ਹਾਂਜੀ, ਲਓ ਵੀ ਨੋਰਮਲੀ ਭਾਣਾ ਭਾਣਾ ਇਹ ਵੈੜ ਤੁਹਾਨੂੰ ਮਿਲ ਜੂਗੀ 72,000 ਦੀ, ਠੀਕ ਆ। ਤੇ ਬਾਕੀ ਪਿੰਦੇ ਥਣ ਥਣ ਨਿਕਲ ਆਉਂਦਾ ਪਸੰਦ ਹੈ ਜੀ? ਹਾਂ, ਇਹ ਨਾ ਥੋੜੀ ਭੜ ਭੂਲ ਹੈਗੀ ਆ, ਭੜ ਭੂਲ ਪੈ ਗਈ ਆ ਤਾਂ ਕਰਕੇ। ਲਓ ਜੀ, ਬਾਕੀ ਥਾਣਾ ਮੁੱਠੀ ਵਾਲਾ ਵਾ। ਲਓ, ਠੀਕ ਆ ਜੀ। ਸੋ ਆਪਸੀ ਜਿਹੜੀ ਦੋਸਤੋ ਵਿੱਥੀ ਆ ਵਿਰਲਾ ਥਾਣਾ ਦੇ ਵਿੱਚ, ਉਹ ਵੀ ਚੰਗੀ ਆ, ਠੀਕ ਆ। ਤੇ ਬਾਕੀ ਜ਼ਰੂਰ ਘਰ ਆਣ ਕੇ ਆਪਦੀ ਚੋਕੇ ਤੁਸੀਂ ਤਸੱਲੀ ਕਰ ਲਿਓ, ਕੱਦ ਵੱਡਾ 72,000 ਦੇ ਵਿੱਚ। ਅੱਗੇ ਆ ਗਈ ਸੈਕਿੰਡ ਨੰਬਰ ਤੇ ਆਪਣੇ ਕੋਲ ਜਿਹੜੀ ਆ ਵੈੜ। ਹਾਂਜੀ, ਇਹ ਪਹਿਲਣ ਜੋ ਪਹਿਲਣ ਵੈੜ ਹੈ। ਹਾਂਜੀ, ਠੀਕ ਹੈ ਜੀ। ਇਹ ਦੋਂਦੀ ਆ ਤੇ ਚੌਕ ਦਾ ਇੱਕੋ ਦੰਦ ਇਹਨੇ ਰੇ ਭੰਨਿਆ ਜੋ। ਅੱਛਾ ਜੀ, ਹਾਂਜੀ, ਚੰਗੀ ਬੱਚੀ ਇਹ। ਹਾਂ, ਕੱਦ ਕਾਠ ਬੜਾ ਜੋ। ਲਓ ਵੀ ਦੋਸਤੋ, ਤੇ ਇਹਨੂੰ ਹਫਤੇ ਤੋਂ ਅੰਦਰ ਹੀ ਹੋਇਆ ਸੂਈ ਨੂੰ ਮਗਰ ਵੱਛੀ ਜੋ। ਅੱਛਾ ਜੀ, ਤੇ ਵਿਖਾਵਾ ਤੇਰਾ ਹੈਗਾ ਜੋ 22-23 ਕਿਲੋ ਦਾ, ਤਾਂ ਆਪਾਂ ਦਵਾਂਗੇ ਲੀਟਰ ਨਾਲ ਬਣਾ ਕੇ ਥੱਲੇ 20 ਕਿਲੋ। 20 ਲੀਟਰ ਜਿਹੜਾ ਬਖਾਲਾ 22 ਦਾ ਤੇ ਆਪਾਂ ਬਣਾ ਦਾਂਗੇ 20 ਲੀਟਰ, 20 ਕਿਲੋ ਬਣਾ ਲਾਂਗੇ ਠੰਡਾ ਕਰਕੇ, ਠੀਕ ਆ। ਹਾਂ, ਬਸ ਦੋ ਡੰਗ ਚੋਲੇ, 3 ਡੰਗ ਚਵਾਈ ਕਰ ਲੈ, ਬਾਕੀ ਚੋਣ ਜਾਣ ਦੀਆਂ ਸਾਫ ਸੁਥਰੀ ਭਾਜੀ। ਐਂ ਕਿਤੇ ਭੂਰ ਨਹੀਂ, ਕੋਈ ਛੱਟਾ ਨਹੀਂ, ਗਰੰਟੀਦਾਰ ਆ ਭਾਈ, ਜੇ ਭੂਰ ਛੱਟਾ ਹੋਏ ਤੇ। ਲਓ ਦੋਸਤੋ, ਦੋਂਦੀ ਬੱਚੀ ਆ, ਚੌਕ ਦਾ ਇੱਕ ਦੰਦ ਸੁੱਟਿਆ, ਠੀਕ ਆ ਜੀ, ਇੱਕ ਚੌਕ ਦਾ ਦੁੱਧ ਦੰਦ ਆ, ਠੀਕ ਆ ਜੀ। ਤੇ ਬਾਕੀ ਤੁਸੀਂ ਹਾਈਟ ਕੱਦ ਇਸ ਵੈੜ ਦਾ ਵੀ ਮੇਜ਼ਰਮੈਂਟ ਕਰ ਸਕਦੇ ਜੇ ਆਪਣੀ ਨਿਗਾਹ ਰਾਹੀਂ। ਹਾਈਟ ਕੱਦ ਫੁੱਲ ਵੱਡੀ ਆ, ਇੱਕ ਪਹਿਲੇ ਨੰਬਰ ਤੇ ਵੈੜ ਦਿਖਾਈ ਸੀ, ਉਹ ਤੋਂ ਵੀ ਕੋਈ ਕਰਮ ਵਾਲੀ ਗਿੱਠ, ਅੱਧੀ ਗਿੱਠ ਉੱਚੀ ਆ। ਜਿੱਦਾਂ ਆਪਾਂ ਇੱਕ ਨੋਰਮਲ ਫਾਰਮਾਂ ਦੇ ਵਿੱਚ ਵੱਛੀਆਂ ਦੇਖਦੇ ਆ, ਬਸ ਹੈ ਨਸਲ ਬਰੀਡ ਦੇ ਵਿੱਚ ਆ, ਕੋਈ ਚੰਗੇ ਸੀਮਨ ਦੀ ਚੰਗੇ ਟੀਕ ਦੀ ਵੀ ਹੋ ਸਕਦੀ ਆ, ਠੀਕ ਆ ਜੀ। ਉਹ ਤੁਸੀਂ ਆਪਦੀ ਤੁਸੀਂ ਜੱਜਮੈਂਟ ਕਰ ਲਿਓ, ਜਿਹੜੇ ਵੀਰ ਪਾਰਕੂ ਆ ਖਿਡਾਰੀ ਆ ਫਾੜੀ ਵਾਲਾ ਚੱਡਾ, ਠੀਕ ਆ ਜੀ। ਸੋ 20 ਲੀਟਰ ਦੀ ਮਿਲਕਿੰਗ ਜਿਹੜੀ ਹੁਣ ਕਰਵਾ ਰਹੀ ਹੈ ਇਹ ਵੈੜ, ਹਾਈਟ ਲੈਂਥ ਇਸ ਵੈੜ। ਬਾਕੀ ਜੇ ਆਪਣੇ ਤਾਂ ਦੋ ਤਿੰਨ ਰਹਿ ਗਈ ਤੇ ਫਿਰ ਤੇ 25 ਕਰਨ ਆ ਲਾਂਗੇ। ਹਾਂ, ਬਾਕੀ ਠੰਡੀ ਤੇਰੀ ਬੜੀ ਵੇਖੋ। ਹਾਂ, ਲਓ ਜੀ, ਆ ਬਿਲਕੁਲ ਅੱਜ ਭਲਕ ਚਲੋ ਪਸ਼ੂ ਆਪਣੇ ਕੋਲ ਨਵੇਂ ਆਏ ਆ। ਹਾਂਜੀ ਹਾਂਜੀ, ਇੱਕ ਅੱਧਾ ਦਿਨ ਤਾਂ ਪਸ਼ੂ ਜੀਜੂ ਧਰਨ ਦੇ ਵਿੱਚ ਹੀ ਲਾ ਜਾਂਦਾ ਬਾਕੀ ਕੱਦ ਵਜਣ ਬੜਾ ਵਾ। ਹਾਂ, ਅਰੇ ਦੋਂਦੀ ਹੈ ਹਿਸਾਬ ਨਾਲ, ਅਰੇ ਤੇ ਚੌਗੀ ਹੋਈ ਛਿੱਗੀ ਹੋਈ ਫਿਰ ਜਵਾਨ ਹੋਣਾ, ਕੱਦ ਵਜਣ ਬੜਾ ਬਣਾ ਜੂ। ਬਿਲਕੁਲ ਜੀ, ਬਿਲਕੁਲ, ਲਓ ਜੀ, ਠੀਕ ਆ। ਸੋ ਵੱਛੀ ਦੋਸਤੋ, ਵਾਕੇ ਵੱਛੀ ਆ, ਸੋਹਣੇ ਕੱਦ ਕੱਟ ਦੇ ਵਿੱਚ ਆ, ਸੋਹਣੀ ਲੈਂਥ, ਸੋਹਣਾ ਵੇਟ। ਬਾਕੀ ਸੂਸਵਾ ਦੇ ਵਿੱਚ ਨੋਰਮਲੀ ਪਸ਼ੂ ਆਇਆ ਹੁੰਦਾ। ਅੱਜ ਪਿੰਦੇ ਇੱਕ ਵਾਰੀ ਰਿਪੀਟ ਕਰ ਦਿਓ ਕਨਫਰਮ, ਦਿਨ ਕਿੰਨੇ ਕੋ ਹੋਏ ਸੀ? ਦਿਨ ਭਾਈ ਹਫਤੇ ਤੋਂ ਅੰਦਰ ਹੀ 7-8 ਦਿਨ ਪੱਕੇ ਹੋਏ ਹੋਣਗੇ, 7-8 ਦਿਨ। ਮਗਰ ਵੱਛੀ ਆ, ਠੀਕ ਹੈ ਜੀ। ਹਾਂਜੀ, ਲੈ ਵੀ ਮੋੜ ਲਾ ਵੀਰ ਪਿੰਦੇ, ਕੱਦ ਵੱਡਾ ਦੋਸਤੋ, ਮਗਰ ਵੱਛੀ ਆ, 20 ਕਿਲੋ ਤਾਰਾਂ ਇਸ ਵਕਤ ਇਹਦੇ ਥੱਲੇ ਬਿਲਕੁਲ ਹਾਜ਼ਰ ਨੇ। ਮਗਰ ਵੱਛੀ ਇੱਕ ਆਰਡਰ ਦੀ ਜੇਕਰ ਆਪਾਂ ਗੱਲ ਕਰੀਏ, ਕੰਪੈਕਟ ਆਰਡਰ ਦੇ ਵਿੱਚ ਆ, ਇੱਕ ਫਿਕਸ ਕਸਮੇ ਲੇਵੇ ਦੇ ਵਿੱਚ ਆ, ਜਿਹੜੀ ਆਪਾਂ ਇੱਕ ਬਰੀਡ ਵਾਲੀਆਂ ਵੈੜਾਂ ਨੂੰ ਲੱਗਾ ਚੱਡਾ ਵੇਖਦੇ ਆ, ਉਸ ਹਵਾਨੇ ਲੇਵੇ ਦੇ ਵਿੱਚ ਲੰਬਾ ਥਾਣ, ਠੀਕ ਆ ਜੀ, ਕੋਈ ਥਾਣ ਛੋਟਾ ਨਹੀਂ ਗਾ, ਲੰਬੇ ਥਾਣ ਆ, ਬਿਲਕੁਲ ਪੂਣੀਆਂ ਵਰਗੇ ਥਾਣਾ, ਠੀਕ ਆ ਜੀ, ਇਕੱਲੇ ਇਕੱਲੇ ਨਖੇੜ ਦੇ ਵਿੱਚ ਥਾਣ।
ਸੋ ਬਾਕੀ ਹਵਾਨੇ ਲੇਵੇ ਦੀ ਕੁਆਲਿਟੀ ਚੰਗੀ ਹੈ ਵੈਸੇ, ਕਰਮ ਵਾਲੀ ਮੈਲੇ ਮੂਲੇ ਤੋਂ ਚੱਲਣ ਤੋਂ ਬਾਅਦ ਮੈਨੂੰ ਤਾਂ ਸੋਹਣਾ ਦੁੱਧ ਚਵਾ ਦੂਗੀ। ਚਵਾ ਦਿਓ ਚਵਾ ਦਿਓ, 25 ਤੋਂ ਬਾਹਰ ਹੀ ਚੱਲੂਗੀ ਜੇ ਸੇਵਾ ਵਾਲਾ ਕੋਈ ਹੋਵੇ ਤੇ। ਬਿਲਕੁਲ। ਹਾਂਜੀ, ਤੇ ਭਿੰਦੇ ਦੀ ਫਿਰ ਮੰਗਣ ਵਾਣ ਕੀ ਕੀਤੀ ਹੈ ਫਿਰ? ਮੰਗ ਤੇ ਭਾਜੀ ਆਪਾਂ ਇਹਦੀ ਜਾਇਜ਼ ਹੀ ਕਰਨੀ ਆ, ਹੋਰ ਕਿਤੇ ਚਲੋ ਹੋਵੇ ਤੇ ਫਿਰ ਤਾਂ 85-90 ਦੀ ਵੈੜ ਮਿਲੂਗੀ। ਹਾਂ, ਮੁੱਲ ਆਪਾਂ ਇਹਦਾ 75 ਹੀ ਕਰਨਾ। ਹਾਂ, ਛੋਟ ਛੱਪੇ ਕਰਕੇ 72,000 ਦੀ ਦੇ ਦਾਂਗੇ ਵੀ। 72 ਦੀ? ਹਾਂ, ਐਂਡ 72,000 ਦੀ। ਲਓ ਜੀ, ਦੋਸਤੋ ਵੈੜਾਂ ਵੱਡੀਆਂ ਨੇ 72,000 ਦੇ ਵਿੱਚ, ਠੀਕ ਹੈ ਜੀ। 72,000 ਦੇ ਵਿੱਚ ਤੁਹਾਨੂੰ ਇਹ ਵੈੜ ਮਿਲ ਜੂਗੀ, ਸਾਫ ਸੁਥਰੀ ਹੈ ਕਰਮ ਵਾਲੀ, ਫੇਸ ਤੋਂ ਲੈ ਕੇ ਹਵਾਨੇ ਲੇਵੇ ਤੋਂ। ਬਾਕੀ ਇੱਕ ਵਾਰੀ ਮੂੰਹ ਦੰਦੀ ਵੀ ਚੈੱਕ ਤੁਹਾਨੂੰ ਜ਼ਰੂਰ ਕਰਵਾ ਦਿੰਦੇ ਜੇ ਹੋ ਸਕਿਆ ਤੇ। ਆ ਵੇਖੋ, ਦੋਂਦੀ ਇੱਕੋ ਚੌਕ ਦਾ ਦੰਦ ਭੰਨਿਆ ਜੋ। ਲਓ ਜੀ, ਤੋ ਚੌਕ ਦਾ ਇੱਕ ਦੰਦ ਕੱਢਿਆ, ਬਾਕੀ ਇੱਕ ਦੁੱਧ ਦੰਦੀ, ਹੈ ਨਾ? ਹਾਂਜੀ ਹਾਂਜੀ। ਲਓ ਜੀ, ਠੀਕ ਹੈ ਜੀ। ਅੱਛਾ ਪਿੰਦੇ, ਤੀਜੇ ਨੰਬਰ ਤੇ ਆ ਜਿਹੜੀ ਵੈੜ ਆਪਣੇ ਕੋਲ ਆ ਗਈ ਹੈ, ਹਾਂਜੀ, ਇਹਦੀ ਡਿਟੇਲ ਕੀ ਹੈ ਜੀ? ਇਹਦਾ ਵੀਰ ਜੀ, ਆਪਾਂ ਤੇ ਜਿੰਨਾਂ ਤੋਂ ਲਈ ਉਹ ਤੇ ਕਹਿੰਦੇ ਵੀ ਦੂਜਾ ਸੂਗਾ। ਹਾਂਜੀ, ਤੇ ਬਾਕੀ ਆਪਾਂ ਤੇ ਚੱਲ ਦੂਜੇ ਕਰਕੇ ਲਈ ਆ, ਭਲਾ ਵੀਰ ਭਰਾ ਕੋਈ ਤੀਜਾ ਮੰਨ ਲੇ ਤੇ ਸੂਈ ਨੂੰ ਅੱਜ ਤੋਂ 5-6 ਦਿਨ ਹੋਏ ਹੋਣਗੇ ਮਗਰ ਬੱਛਾ ਜੋ। ਮਗਰ ਦੇ ਬੱਚਾ? ਹਾਂਜੀ, 5-6 ਦਿਨਾਂ ਦੀ ਸੂਈ ਆ। ਹਾਂਜੀ, ਸੂਆ ਕੋ ਦੂਜਾ ਕਿ ਤੀਜਾ? ਦੂਜਾ ਹੀ, ਦੂਜਾ ਮੰਨ ਲੇ, ਤੀਜਾ ਮੰਨ ਲੇ ਕੋਈ। ਠੀਕ ਹੈ ਜੀ। ਤੇ ਦੁੱਧ ਦੇ ਥੱਲੇ ਜਿਹੜਾ ਲੀਟਰ ਵਾਲਾ ਹੋਊਗਾ ਉਹ ਹੋਊਗਾ 13-14 ਕਿਲੋ ਪੱਕਾ। ਠੀਕ ਹੈ ਜੀ। ਵਿਖਾਵਾ 15-16 ਦਾ ਕਰਦੀ ਆ। ਅੱਛਾ, ਬੱਚਾ ਮਗਰ ਦੇ ਕੀ ਆ? ਇਹਦੇ ਮਗਰ ਬੱਛਾ ਜੋ। ਬੱਛਾ? ਹਾਂਜੀ। ਲਓ ਜੀ, ਮਗਰ ਇਸ ਵੈੜ ਦੇ ਬੱਛਾ, ਹਫ਼ਤੇ ਕਦਾ ਕੋਈ ਸੂਆ ਮੰਨ ਸਕਦਾ, ਕੋਈ ਵੀਰ ਦੂਜਾ ਮੰਨ ਲੈ ਕੇ ਸੌਦਾ ਕਰ ਲੈ, ਕੋਈ ਤੀਜਾ ਸਮਝ ਕੇ ਸੌਦਾ ਕਰ ਲੈ, 14 ਕੁ ਲੀਟਰ ਹੈਗਾ ਜਿਹੜਾ। ਹਾਂ, 14 ਕਿਲੋ ਪੱਕਾ ਹੋਊ। ਠੀਕ ਹੈ ਜੀ। ਹਾਂ, ਲਓ ਜੀ, 14 ਲੀਟਰ ਤੇ ਦੋਸਤੋ ਇਹ ਚੱਲਣ ਡਈ ਹੈ ਇੱਕ ਹਫ਼ਤੇ ਦੀ ਸੂਈ। ਹਾਈਟ ਮੀਡੀਅਮ ਮੰਨ ਕੇ ਕੋਈ ਵੀਰ ਸੌਦਾ ਕਰ ਲਈ, ਜੀਗਾ ਮੀਡੀਅਮ ਕ੍ਰੋਸ ਅੰਗ ਦੇ ਵਿੱਚ ਆ, ਮੀਡੀਅਮ ਹਾਈਟ ਮੰਨ ਕੇ ਤੁਸੀਂ ਸੌਦਾ ਕਰ। ਠੰਡੀ ਠੰਡੀ ਹੈ ਵੀ ਬੜੀ ਉਹਦਾ। ਹਾਂ, ਠੰਡੀ ਧੀਰੀ ਆ, ਸੀਲ ਸਲੱਗ। ਲਓ ਜੀ, ਸੋ ਚੋਣ ਚਾਲ ਪੂਰੀ ਹੈ। ਇੱਕ ਨੰਬਰ? ਇੱਕ ਨੰਬਰ ਭਾਜੀ, ਇੱਕ ਨੰਬਰ ਭਲਾ ਵੀਰ ਮੇਰਾ ਆਨਲਾਈਨ ਮੰਗਾ ਲੇ, ਚੋ ਕੇ ਪੈਸੇ ਦੇ ਦੇ। ਠੀਕ ਹੈ, ਤਸਲੀ ਦੇ ਸਕਦੇ ਆ ਆਪਾਂ, ਚੋ ਕੇ ਪੈਸੇ ਦੇ ਦੇ। ਲਓ ਜੀ, ਠੀਕ ਹੈ ਜੀ। ਸੋ ਕੰਮ ਜਿਹੜਾ ਦੋਸਤੋ ਤਸੱਲੀ ਬਖਸ਼, ਹਰ ਕੋ ਵਪਾਰੀ ਜਿਹਦਾ ਕੰਮ ਵਪਾਰ ਦਾ ਪੁਰਾਣਾ ਕੰਮ, ਠੀਕ ਹੈ ਜੀ। ਹਰ ਕੋ ਬੰਦਾ ਤਸੱਲੀ ਕਰਕੇ ਆਪਣੀ ਨਰਕ ਪਰਖ ਕਰਕੇ ਚੀਜ਼ ਲੈ ਕੇ ਆਉਂਦਾ, ਆਪਣੀ ਸਮਝ ਕੇ ਚੀਜ਼ ਲੈਂਦੇ ਆ ਵੀਰ, ਠੀਕ ਹੈ ਜੀ। ਭਾਵੇਂ ਵਪਾਰ ਦਾ ਕੰਮ ਹੀ ਆ, ਅੱਗੋਂ ਕਿਸੇ ਵੀਰ ਨੇ ਲੈ ਕੇ ਜਾਣੀ ਆ, ਠੀਕ ਹੈ ਜੀ। ਆਪਣੀ ਤਸੱਲੀ ਜਿਹੜੀ ਆ ਦੋਸਤੋ ਆਪਣੇ ਹੱਥੀ ਜ਼ਰੂਰ ਕਰ ਲਿਆ ਕਰੋ, ਚਾਹੇ ਕੋਈ ਵੀਡੀਓ ਕਾਲ ਤੇ ਕਰਾ ਲਿਓ, ਨੇੜੇ ਦੂਰੋਂ ਨਹੀਂ ਆ ਸਕਦਾ, ਤੇ ਜਿਹੜਾ ਕੋਈ ਵੀਰ ਆ ਸਕਦਾ ਬੇਸ਼ੱਕ 2 ਟਾਈਮ ਚੋ ਕੇ ਤਸੱਲੀ ਕਰੇ। ਲੈ ਵੀਰ, ਤੋਰ ਦੇ ਪਿੰਦੇ। ਲਓ ਜੀ, ਠੀਕ ਹੈ। ਸੋ ਵੈੜ ਚੰਗੀ ਹੈ ਦੋਸਤੋ, ਨੋਰਮਲੀ ਜਿਹੜਾ ਵੀਰ ਕੋਈ 14-15-16-17 ਲੀਟਰ ਤੱਕ ਦੁੱਧ ਚੋਣਾ ਚਾਹੁੰਦਾ ਉਹ ਇਸ ਵੈੜ ਨੂੰ ਹੱਥ ਪਾ ਸਕਦੇ ਜੇ, ਮਗਰ ਬੱਛਾ ਬਿਲਕੁਲ ਇੱਕ ਰੰਗ ਵਾਈਟ ਦੇ ਵਿੱਚ, ਠੀਕ ਆ, ਆਹ ਬੱਛਾ ਜੀ। ਤੇ ਪਿੰਦੇ ਵੀਰ ਇਹਦਾ ਫਿਰ ਕੀ ਮੁੱਲ ਕਰਦੇ ਪਏ ਜੀ? ਮੁੱਲ ਇਹਦਾ ਭਾਜੀ 55 ਨਹੀਂ ਕਰਨਾ, 60 ਨਹੀਂ ਕਰਨਾ ਆਪਾਂ, 52,000 ਚ ਮਾਨ ਤਾਨ ਕਰ ਦਾਂਗੇ, 50 ਦੀ ਦੇ ਦਾਂਗੇ। 50 ਦੀ? ਹਾਂ, ਦੇ ਦਾਂਗੇ 50 ਦੀ। ਠੀਕ ਹੈ ਜੀ। ਹਾਂਜੀ, ਹੋਰ ਕਰ ਦਾਂਗੇ ਖੁੱਲਾ ਛੋਟ ਛੱਪਾ ਇਹਦੇ ਚੋਂ। ਠੀਕ, ਬਾਕੀ ਦੁੱਧ 14-15 ਕਿਲੋ ਪੱਕਾ ਹੈਗਾ ਜੋ। ਠੀਕ ਹੈ ਜੀ। ਹਾਂਜੀ, ਲਓ ਦੋਸਤੋ, ਦੁੱਧ 14-15 ਕਿਲੋ ਵੀਰਾਂ ਦਾ ਪੱਕਾ ਦੁੱਧ ਆ, ਜਿਹੜਾ ਤੋਲਵਾਂ ਦੁੱਧ ਕਹਿ ਲਈਏ, ਠੀਕ ਆ। ਤੇ 50,000 ਦੇ ਵਿੱਚੋਂ ਛੋਟ ਛਾਪਾ ਜਿੰਨਾ ਵੀ ਤੁਹਾਨੂੰ ਦੱਸਤਾ ਖੁੱਲਾ ਮਾਨਦਾਨ ਹੋ ਜਾਊਗਾ। ਇਸ ਤੋਂ ਬਾਅਦ ਇੱਕ ਦੋਸਤੋ ਲਾਸਟ ਵਿੱਚ ਇੱਕ ਨਗੀਨਾ ਤੁਹਾਨੂੰ ਦਿਖਾਉਣੇ ਆ, ਵੱਛੀ ਆਪਦੇ ਆਪ ਦੇ ਵਿੱਚ ਜਿਹੜੀ ਦੋਸਤੋ ਕਹਿੰਦੀ ਗਾਉਂਦੀ ਵੱਛੀ ਆ, ਠੀਕ ਆ ਜੀ, ਸੋਹਣੀ ਆ, ਨਸਲ ਜਾਤ ਪੂਰੀ ਆ, ਬਰੀਡ ਪੂਰੀ ਆ। ਤੇ ਪਿੰਦੇ ਵੀਰ ਇਹ ਵੀ ਵੱਛੀ ਪਹਿਲਾਂ ਸੁਆ ਪਲੂਣੀ ਵੱਛੀ? ਪਹਿਲਾਂ ਪਹਿਲਾਂ ਭਾਜੀ ਛਿੱਗੀ ਆ ਮੂੰਹ ਜੀ, ਮੂੰਹ ਛਿੱਗੀ ਆ। ਹਾਂਜੀ, ਖਰਗੋਸ਼ ਦਾ ਬੱਚਾ ਹੀ ਆ ਤੇ। ਹਾਂ ਬਿਲਕੁਲ ਜੀ, ਬਿਲਕੁਲ। ਲਓ ਦੋਸਤੋ, ਬਿਊਟੀ ਦੇ ਵਿੱਚ ਚੈੱਕ ਕਰੋ ਰੰਗ, ਜਿਹੜਾ ਕਲਰ ਦੀ ਗੱਲ ਕਰ ਲਈਏ, ਦੁੱਧ ਰੰਗਾ ਬਿਲਕੁਲ ਚਿੱਟਾ ਰੰਗ ਆ, ਇੱਕ ਰੰਗ, ਕੁਝ ਕੁ ਸਪੋਰਟ ਜਿਹੜੇ ਹੈਗੇ ਆ ਵਿੱਚ ਬਲੈਕ ਹੈਗੇ ਆ ਵੈੜ ਦੇ, ਠੀਕ ਹੈ, ਡੋਟ ਹੈਗੇ ਆ,
ਬਾਕੀ ਆਰਡਰ ਦੀ ਕੁਆਲਿਟੀ ਦੇਖੋ ਪਿੰਕ ਆਰਡਰ ਦੇ ਵਿੱਚ ਆ, ਲਾਲ ਗੁਲਾਬੀ ਆਰਡਰ ਦੇ ਵਿੱਚ, ਬਹੁਤ ਖੂਬਸੂਰਤ ਕੁਆਲਿਟੀ ਆਰਡਰ ਦੀ। ਸੋ ਥਣ ਦੀ ਕੁਆਲਿਟੀ ਤੁਹਾਨੂੰ ਥੋੜ੍ਹੀ ਨੇੜਿਓਂ ਦਿਖਾ ਦੇਈਏ, ਆਹ ਕਰੋ ਚੈੱਕ ਜੀ, ਠੀਕ ਹੈ। ਸੋ ਪਹਿਲਾਂ ਸੁਆਹ ਵਾਚੀ ਪਲੂਨ ਸੁਣੀਏ ਦੋਸਤੋ, ਦਿਨ ਪਿੰਦੇ ਵੀਰ ਕਿੰਨੇ ਕੁ ਬਾਕੀ ਹੋਣਗੇ ਜੀ? ਦਿਨ ਭਾਜੀ ਇੰਨੇ 7-8 ਦਿਨ ਲੈ ਜਾਣੇ ਜੀ ਹਜੇ, ਠੀਕ ਹੈ ਜੀ। ਪਹਿਲੇ ਗੱਡੀ ਗੁੱਡੀ ਚੜ੍ਹਦੇ ਪਹਿਲਾਂ ਸੂਬੇ ਹਰੇ ਪੂੜਾ ਪੂੜਾ ਨਹੀਂ ਉੱਦਾਂ ਕੋਈ ਨਹੀਂ ਆਇਆ, ਠੀਕ ਹੈ ਜੀ। ਗੱਡੀ ਚੜ੍ਹਿਆ ਕਿਆ ਹੋ ਵੀ ਸਕਦਾ ਪਹਿਲਾਂ ਸੂਬੇ ਕੋਈ, ਬਿਲਕੁਲ ਜਾਵੇ ਕੋਈ ਪੂੜੇ ਪਾੜੇ ਨਹੀਂ ਕੋਈ। ਲਓ ਵੀ ਦੋਸਤੋ, ਵੈਸੇ ਸਫ਼ਰ ਦੇ ਦੌਰਾਨ ਦੋਸਤੋ ਵੀਰਾਂ ਦਾ ਵੀ ਕੋਈ ਹੋ ਸਕਦਾ 2 ਦਿਨ ਅਗਦੀ ਸੂਬੇ, ਅਦਰਵਾਈਜ਼ ਕੋਈ 5-6-7 ਦਿਨ ਹਫ਼ਤਾ ਕੱਢਣ ਵਾਲੀ ਵੈੜ ਆ, ਠੀਕ ਆ ਜੀ। ਬਾਕੀ ਫੇਸ ਕੁਆਲਿਟੀ ਤਾਂ ਤੁਹਾਨੂੰ ਤਸੱਲੀ ਨਾਲ ਦਿਖਾਉਣੇ ਆ, ਅਤੇ ਬਹੁਤ ਖੂਬਸੂਰਤ ਕੁਆਲਿਟੀ ਦੀ ਆ, ਠੀਕ ਆ ਜੀ। ਬਿਊਟੀ ਦੇ ਵਿੱਚ ਵੀ ਤੁਸੀਂ ਦੇਖੋਗੇ ਬੋਦੀ ਵਾਲੀ ਬੱਚੀ ਆ, ਛੋਟੇ ਕੰਨ, ਸਮਾਲ ਸਾਈਜ਼ ਕੰਨ, ਅਤੇ ਆਰਡਰ ਕੁਆਲਿਟੀ ਬਹੁਤ ਖੂਬਸੂਰਤ ਆ। ਥਣ ਜਿਹੜਾ ਵਿਰਲ ਵੁਰਲ ਅਤੇ ਚੰਗਾ ਹੱਥੀ ਚਵਾਈ ਵਾਲਾ ਥਣ ਆ, ਆਹ ਦੇਖੋ ਪਹਿਲੀ ਗੱਲ ਤਾਂ ਇਹੋ ਜਿਹੇ ਨਗੀਨੇ ਕੁੜੀਆਂ ਲੱਭਦੇ ਬੜੇ ਘੱਟ ਵਾ। ਹਾਂ ਪਿੰਦੇ ਵੀਰ, 100 ਥਾਵਾਂ ਤੋਂ ਤੁਰਾ ਫਿਰਾ ਕਰ ਲਈਏ, ਕੋਈ ਇਹੋ ਜਿਹੀਆਂ ਸਫਾਈਆਂ ਵਾਲੀ ਬੱਚੀ ਕਦੀ ਕਦਾਈ ਆਉਂਦੀ? ਕਦੇ ਕਦਾਈ, ਕਦੇ ਕਦਾਈ। ਲਓ ਦੋਸਤੋ ਬੱਚੀ ਵੀ ਆਪਦੇ ਰਹੀ ਉੱਥੇ ਖੁੱਲੀ ਖੁੱਲੀ ਕਰਕੇ ਨਾ ਚੱਬੂ ਚੁੱਬੂ ਪਾਇਆ ਤਾਂ ਥੋੜ੍ਹੀ ਕਾਲੀ ਪੈਂਦੀ ਹੈ। ਹਾਂ ਹਾਂਜੀ, ਲਓ ਜੀ। ਸੋ ਰੰਗ ਪ੍ਰਿੰਟ ਬਹੁਤ ਖੂਬਸੂਰਤ ਆ, ਜਿਹਨੂੰ ਆਪਾਂ ਕਹਿ ਦਿੰਦੇ ਨਾ ਪਿੰਦੇ ਡਿਜ਼ਾਈਨ ਡਿਜ਼ੂਨ, ਕਾਫੀ ਸੋਹਣਾ, ਬਹੁਤ ਸੋਹਣੀ ਹੈ। ਲਓ ਜੀ, ਸੋ ਕਾਫੀ ਸੋਹਣੀ ਹੈ ਦੋਸਤੋ, ਠੀਕ ਆ। ਬੱਚੀ ਆਪਦੇ ਆਪ ਦੇ ਵਿੱਚ ਕਹਿੰਦੀ ਘਾਉਂਦੀ ਬੱਚੀ ਆ, ਚੰਗੀ ਆ। ਹਾਈਟ ਬੇਸ਼ੱਕ ਦੋਸਤੋ ਮੀਡੀਅਮ ਮੰਨ ਕੇ ਤੁਸੀਂ ਸੌਦਾ ਕਰ ਲਿਓ, ਪਰ ਪਲੀ ਪਲੋਸੀ ਪੂਰੀ ਆ, ਠੀਕ ਆ ਜੀ। ਜਿੰਨੇ ਵੀ ਆ ਵਜਨ ਵੁਜਨ ਦੇ ਵਿੱਚ ਆ, ਪੂਰਾ ਵਜਨ ਮੋਡ ਕਮਲੀ, ਠੀਕ ਆ ਜੀ। ਸੋ ਨੁਕਰੀਆਂ ਘੋੜੀਆਂ ਵਰਗੀ ਆ, ਗੱਲ ਕਰਦੀ ਆ, ਬਹੁਤ ਖੂਬਸੂਰਤ ਕੁਆਲਿਟੀ ਦੀ ਇਹ ਬੱਚੀ ਵੀ ਵੀਰ ਦੇ ਕੋਲ ਵਕਾਊਗਾ। ਪਹਿਲਾ ਸੁਆ ਬੱਚੀ ਨੇ ਸੋਣਾ, ਬਾਕੀ ਥਣ ਦੇ ਵੀ ਤੁਹਾਨੂੰ ਪੂਰੀ ਤਸੱਲੀ ਨਾਲ ਦਿਖਾਤੀ ਆ, 6 ਦਿਨ ਲੈ ਜੇ, 7 ਲੈ ਜੇ, ਦਿਨ ਇੰਨੇ ਕੁ ਕੱਢਦੀ ਆ ਹਜੇ, ਠੀਕ ਆ। ਲਿਆ ਵੀਰ ਪਿੰਦੇ ਮੋੜ ਲਾ, ਬਿਲਕੁਲ ਕੰਪੈਕਟ ਆਰਡਰ ਦੇ ਵਿੱਚ ਰਹੂਗੀ। ਇੱਕ ਪਹਿਲਾਂ ਵੱਛੀ ਦਿਖਾਈ ਹੈ ਤੁਹਾਨੂੰ ਸੈਕਿੰਡ ਨੰਬਰ ਤੇ, ਠੀਕ ਆ ਜੀ। ਦੋਂਦੀ ਉਸ ਵੱਛੀ ਵਰਗਾ ਜਿਹੜਾ ਥਣ ਭਾਂਡਾ ਰਹੂਗਾ ਇਹਦਾ, ਬਿਲਕੁਲ ਕੰਪੈਕਟ ਆਰਡਰ, ਫਿਕਸ ਆਰਡਰ ਦੇ ਵਿੱਚ ਦੁੱਧ ਚੰਗਾ ਚਵਾ ਦੂਗੀ। ਬਾਕੀ ਕੋਈ ਚੰਗੀ ਸੇਵਾ ਕਰਨ ਵਾਲਾ ਵੀਰ ਮਿਲ ਗਿਆ, ਦੁੱਧ ਸੋਹਣਾ ਭਰਾਈ ਚੱਲੂਗੀ, ਠੀਕ ਆ ਜੀ। ਅਤੇ 72,000 ਲੈਣ ਦੇਣ ਜਿਹੜਾ ਜੈਸ ਨੂੰ, ਉਹ 72,000 ਆ, ਠੀਕ ਆ। ਸੋ ਅੱਜ 4 ਬੈੜਾਂ ਜਿਹੜੀਆਂ ਦੋਸਤੋ ਤੁਹਾਨੂੰ ਦਿਖਾਉਣੀਆਂ ਸਿੱਖੀਆਂ, 3 ਬੈੜਾਂ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਨੇ, 1 ਜਿਹੜੀ ਇਹ ਪੂਰੀ ਤਿਆਰੀ 'ਤੇ ਆ, ਠੀਕ ਆ ਜੀ। ਬਿਲਕੁਲ ਨਵੇਂ ਪਸ਼ੂ ਆ, ਦੋਂਦੇ ਚੌਗੇ ਛਿੱਗੇ ਪਸ਼ੂ ਜਿਹੜੇ ਦੋਸਤੋ ਬਿਲਕੁਲ ਨਵੇਂ ਪਸ਼ੂ ਆ। ਅਤੇ ਪਿੰਦੇ ਇਹ ਅੱਜ ਐਨੀਮਲ ਸੀ ਆਪਣੇ ਕੋਲ, ਹਾਂਜੀ ਭਾਜੀ। ਅਤੇ ਨੰਬਰ ਕਰ ਦਈਏ, ਨੰਬਰ ਹੈਗਾ 73411-65683, ਠੀਕ ਆ ਜੀ। ਹਾਂਜੀ ਲਵ ਦੋਸਤੋ, ਇਹ ਸਾਨੂੰ ਮੇਰੇ ਨਾਲ ਵੀਰ ਪਿੰਦਾ, ਠੀਕ ਆ ਜੀ, 5 ਵਾਰਡ ਤੋਂ, ਅਤੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਆ, ਨੇੜੇ ਝਬਾਲ ਦੇ ਪਿੰਡ ਆ ਦੋਸਤੋ, 5 ਵਾਰਡ, ਠੀਕ ਆ ਜੀ। ਮੋਸਟਲੀ ਸਾਰੇ ਵੀਰ ਜਾਣਦੇ ਆ, ਮਾਝੇ ਦਾ ਪਿੰਡ ਆ, ਗੱਗੋ ਪੂਹਾ ਪਿੰਡ ਦੀ ਦੂਰੀ ਥੋੜ੍ਹੀ ਆ, ਠੀਕ ਆ ਜੀ। ਆਓ ਘਰ ਆਪਣੀ ਵਿਜਿਟ ਕਰੋ, ਤਸੱਲੀ ਕਰੋ ਦੋਸਤੋ, ਜਿੰਨੇ ਵੀ ਨਾਗ ਆਪਾਂ ਤੁਹਾਨੂੰ ਦਿਖਾਉਣੇ ਆ। ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।